मेरे वालों तुम सारे ने सत श्री अकाल ते अरजाई जी हले तक बैठे हो कि जदों घर होईदा वेले ते फिर अरजाई जी जदों पूरा बार दिन निकल जांदा उदों उठना दा क्यों मैं उठता टाइम नाल जांदा 4:30 ते फिर बाद विच मैं 2-3 घंटे अरजाई दे विच बैठा रहना हुण 8:10 हो चुके ते इधर प्रनीत भी मेरे नाल फोन देखी रखीदा वीडियो ते प्रनीत भी बैठे हुंदे मेरे नाल ही ते अवनीत टाइम नाल चली जांदी अपनी दादी कोल चाह पी के ते ये भी टाइम नाल उठ जांदी बाहर देखते हुण आपां चलदे हां बाहर नूं आ चलिए प्रनीत ते बैठना मम्मा नहीं चलो हां कंघे रख दे देखो उदा ही हाले तक वाल वोल उड़े हुए आ साडे आवे प्रनीत ते मेरे भी ते बाहर तां धुप निकली पूरी मैं पशुआं ने पट्ठे पट्ठे खा के ते दुध वगैरह दे के हुण खड़ियां ओ देखो सामने ते रोटी भी बन रही है इस साइड ਨੀਂਦ ਰੋਟੀ ਖਾਣੀ ਆ ਹੁਣ ਨਹੀਂ ਹਾਲੇ ਨਹੀਂ ਨਹੀਂ ਚਲ ਠੀਕ ਆ ਯਾ ਫਿਰ ਆਪਾਂ ਇੱਧਰ ਨੂੰ ਘੁੰਮ ਕੇ ਆਉਨੇ ਆ ਚਲੀਏ ਚਲੋ ਨਾ ਵੈ ਮੰਮਿਆ ਇੱਧਰ ਦੇਖੋ ਬੱਚੇ ਸਾਰੇ ਇਕੱਠੇ ਹੋਏ ਆ ਖੇਡਣ ਲਈ ਚਲ ਤੂੰ ਵੀ ਇਹਨਾਂ ਨਾਲ ਹੀ ਖੇਡ ਠੀਕ ਹੈ ਹਾਂ ਇਹ ਬੰਨ ਦੇ ਇੱਥੇ ਬੰਨਣਾ ਇੱਥੇ ਬੰਨ ਦੇਣਾ ਬੰਨ ਦੇਣਾ ਬੰਨ ਦੇਣਾ ਇਹ ਇਹਨਾਂ ਚੋਂ ਇਹ ਖੇ ਗਿਆ ਪੰਜ ਇਹਨਾਂ ਪੰਜਾਂ ਬੱਚਿਆਂ ਵਿੱਚੋਂ ਇੱਕ ਆਹ ਜੋਤੀ ਇੱਕ ਅਵਨੀਤ ਦੋਨੋਂ ਸਕੂਲ ਜਾਂਦੀਆਂ ਇਹਨਾਂ ਦੇ ਹੋ ਗਿਆ ਹੁਣ ਪੇਪਰ ਇਹ ਵੀ ਜਾਂਦੀ ਆ ਹਾਂ ਇਹ ਵੀ ਹੁਣ ਜਾਣ ਲੱਗੀ ਆ ਇਹਦਾ ਨਾਮ ਹੈਗਾ ਕੀ ਇਹਦਾ ਨਾਮ ਪ੍ਰਭ ਜੋਤ ਠੀਕ ਤੇ ਆ ਦੇਖੋ ਇੱਕ ਹਾਂ ਦੇਖੋ ਕਿੰਨਾ ਪੈਰ ਬੱਚਾ सारे खेडदे जवाकां नूं ना वधिया लगदा आप एक दूजे दे नाल खेडणा चलो खेडो इधर आ साइड ते लगा मीठा आ देखो इहनूं ਹੁਣ ਹੀ ਲਾਇਆ ਹੋਇਆ ਵਧੀਆ ਖੜਾ ਕੀ ਹੋ ਗਿਆ ਕੌੜੀ ਆ चुके पूरे खान लगे रोटी इस साइड से देखो पानी पिया वा दाल प्याज इधर पी है रोटी करते हैं शुरुआत रोटी खाते हैं जी टाइम 10:00 ਤਾਂ ਖੇਤਾਂ ਵਾਲਾ ਰਾਹ ਆਪਾਂ ਹੁਣ ਫੜ ਲਿਆ ਉਹੀ ਜਿਹੜੀ ਸਾਈਡ ਨੂੰ ਜਾਂਦਾ ਸੀ ਕੰਮ ਤੇ ਹਣਾ ਤੇ ਹੁਣ ਜਿਹੜੇ ਬਣਦੇ ਪੈਸੇ ਵਗੈਰਾ ਹਣਾ ਉਹ ਲੈ ਆਈਏ ਕੰਮ ਦੇ ਇਸ ਕਰਕੇ ਜਾ ਰਹੇ ਹਾਂ ਤੇ ਫਿਰ ਇੱਕ ਵਾਰੀ ਹੋ ਗਏ ਹੁਣ ਵਿਹਲੇ ਫ੍ਰੀ ਕੰਮ ਤੋਂ ਪੈਸੇ ਲੈ ਆਉਂਦੇ ਹਾਂ ਤੇ ਫਿਰ ਕੱਲ੍ਹ ਨੂੰ ਕੋਈ ਬਣਾਉਂਦੇ ਹਾਂ ਪਲਾਨ ਕਿਤੇ ਜਾਵਾਂਗੇ ਬਾਕੀ ਜੇ ਜਾਣਾ ਹੋਇਆ ਤਾਂ ਦੱਸਾਂਗੇ ਕੱਲ੍ਹ ਨੂੰ ਟਟੀਰ ਬੋਲਦੀ ਆ ਸਾਹਮਣੇ ਉੱਡੀ ਫਿਰਦੀ ਆ ਸ਼ਾਇਦ ਇਹਦਾ ਕੋਈ ਹੋਊਗਾ ਇੱਥੇ ਘਰ ਬਾਰ ਬਣਾਇਆ ਛੋਟਾ ਜਿਹਾ ਉਹਨੂੰ ਪਤਾ ਲੱਗ ਗਿਆ ਕਿ ਮੇਰੀ ਤਰਫ ਨੂੰ
ਤੁਰਿਆ ਆਉਂਦਾ ਇਨਸਾਨ, ਉਹਨਾਂ ਨੂੰ ਉਹਨਾਂ ਦੇ ਮਨ 'ਚ ਤਾਂ ਪਤਾ ਨਹੀਂ ਕੀ ਜਾਂਦੀ ਹੈ, ਇਨਸਾਨ ਕਿ ਹੈਵਾਨ ਦੀ ਕੋਈ ਵੀ ਚੀਜ਼ ਹੈ ਨਾ, ਕਿ ਮੇਰੇ ਘਰ ਨੂੰ ਢਾਊਗਾ, ਤਾਂ ਕਰਕੇ ਮੈਂ ਰੌਲਾ ਪਾ ਤਾ। ਬਸ ਆ ਗਿਆ ਸੜਕ ਉੱਪਰ ਆ ਗਿਆ, ਅਤੇ ਜਿਹੜਾ ਮਜ਼ਦੂਰ ਬੰਦਾ ਹੈ ਨਾ, ਕੰਮ ਵਾਸਤੇ ਕਿਤੇ ਨਾ ਕਿਤੇ ਭਟਕਦਾ ਹੀ ਫਿਰਦਾ ਹੁੰਦਾ ਉਹਨੂੰ, ਕਿ ਕੰਮ ਕਰ ਲਵਾਂ, ਕਿਉਂਕਿ ਵਿਹਲੇ ਰਹਿਣ ਤਾਂ ਸਰਦਾ ਨਹੀਂ ਬਿਲਕੁਲ ਵੀ। ਠੀਕ ਹੈ ਜੀ, ਕਿਤੇ ਦੋ ਦਿਨਾਂ ਦਾ ਕੰਮ ਮਿਲ ਗਿਆ, ਕਿਤੇ ਕਿਵੇਂ ਜੋ ਵੀ ਹੈ, ਮਤਲਬ ਮਜ਼ਦੂਰ ਬੰਦੇ ਨੂੰ ਇੱਕ ਦਿਨ ਵੀ ਵਿਹਲਾ ਰਹਿਣਾ ਨਾ ਔਖਾ, ਕਿਉਂਕਿ ਗੁਜ਼ਾਰਾ ਕਰਨਾ ਹੀ ਬਹੁਤ ਔਖਾ। ਮਹਿੰਗਾਈ ਹੋਈ ਇੱਥੋਂ ਤੱਕ ਪਈ ਆ ਕਿ ਸਰਦਾ ਹੈ ਹੀ ਨਹੀਂ, ਕਿਉਂਕਿ ਕੰਮ ਕਰਾਂਗੇ ਤਾਂ ਪੈਸਾ ਆਊਗਾ, ਤਾਂ ਹੀ ਘਰ ਚੱਲੂਗਾ। ਠੀਕ ਹੈ, ਇਹ ਤਾਂ ਹੈ ਨਹੀਂ ਵੀ ਆਪਣੇ ਕੋਲ ਬਹੁਤ ਵੱਡੀ ਕੋਈ ਪਈ ਆ ਰਕਮ ਜਾਂ ਬਿਜ਼ਨਸ ਕੀਤਾ ਸੀ ਅਤੇ ਪਏ ਆ ਪੈਸੇ, ਤਾਂ ਕੁਛ ਦਿਨ ਵਿਹਲੇ ਵੀ ਰਹਿ ਲਏ ਤਾਂ ਸਰ ਜੋ, ਪਰ ਉਹ ਗੱਲ ਤਾਂ ਹੈ ਹੀ ਨਹੀਂ ਹੈ ਨਾ। ਅਤੇ ਚਲੋ ਕੋਈ ਨਹੀਂ, ਹੋਰ ਦਸ ਕੁ ਦਿਨਾਂ ਬਾਅਦ ਆਹ ਜਿਹੜੀਆਂ ਕਣਕਾਂ ਵਾ, ਅਤੇ ਜਿਹੜਾ ਲਸਣ ਆਪਣੇ ਏਰੀਏ 'ਚ ਲਸਣ ਬਹੁਤ ਹੁੰਦਾ, ਬਹੁਤ ਕੀਤੀ ਜਾਂਦੀ ਹੈ ਖੇਤੀ ਲਸਣ ਦੀ, ਅਤੇ ਕਣਕ ਤਾਂ ਤੁਹਾਨੂੰ ਪਤਾ ਹੁੰਦੀ ਹੈ ਨਾ। ਅਤੇ ਫਿਰ ਪਹਿਲਾਂ ਸ਼ੁਰੂ ਹੋ ਜਾਣਗੇ ਲਸਣ ਜਿਹੜੇ, ਉਹਨਾਂ ਨੂੰ ਪੁੱਟਣਾ ਵਾ ਅਤੇ ਕੰਮ ਹੋ ਜੂਗਾ ਸ਼ੁਰੂ, ਫਿਰ ਤੜਾ ਤੜ ਕੰਮ, ਫਿਰ ਤਾਂ ਕਹਿ ਲਓ ਕਿ ਸਾਰੀ ਵਾਪਸ ਜਾ ਰਿਹਾ ਹੁਣ ਘਰ ਨੂੰ। ਅਤੇ ਉੱਪਰ ਮੈਂ ਤੁਹਾਨੂੰ ਦਿਖਾਉਣਾ, ਬੱਦਲ ਕਾਫੀ ਹੋ ਚੁੱਕੇ ਆ, ਥੋੜ੍ਹਾ ਥੋੜ੍ਹਾ ਨਿੱਕੀ ਨਿੱਕੀ ਕਣੀ ਵੀ ਡਿੱਗ ਕੇ ਹਟ ਚੁੱਕੀ ਆ, ਮਤਲਬ ਹੁਣ ਹੈ ਜੀ। ਇੱਧਰ ਨੂੰ ਦੇਖੋ, ਉੱਪਰ ਨੂੰ ਬੱਦਲ ਆ, ਸੂਰਜ ਜਿਹੜਾ ਬਿਲਕੁਲ ਓਲੇ ਹੋ ਗਿਆ ਵਾ ਬੱਦਲਾਂ 'ਤੇ, ਦੇਖੋ ਜੀ। ਇਸ ਸਾਈਡ ਨੂੰ ਇਹ ਹੈਗਾ ਪੱਛਮ ਲਹਿੰਦੇ ਵਾਲਾ ਪਾਸਾ, ਇਸ ਸਾਈਡ ਨੂੰ ਦੇਖੋ ਕਿੰਨਾ ਬੱਦਲ, ਇੱਕਦਮ ਬੱਦਲ ਜਾਂ ਕਰਤਾ ਵਾ, ਮੌਸਮ ਬਦਲ ਗਿਆ ਇੱਕਦਮ। ਪਹੁੰਚਦੇ ਹਾਂ ਘਰ, ਇੱਧਰੋਂ ਪੂਰਬ ਤੋਂ ਪੱਛਮ ਨੂੰ ਹੁਣ ਹਵਾ ਥੋੜ੍ਹੀ ਤੇਜ਼ ਚੱਲ ਰਹੀ ਹੈ। ਦੇਖੋ ਦਰੱਖਤ ਕਿੱਦਾਂ ਹਿੱਲ ਰਹੇ ਨੇ, ਇਸ ਸਾਈਡ 'ਤੇ ਵੀ, ਇਸ ਸਾਈਡ ਨੂੰ ਦੇਖੋ, ਬੱਦਲ ਵੀ ਹੈਗਾ ਚਾਰੋਂ ਤਰਫ। ਮੈਂ ਸੌਂ ਕੇ ਹੁਣ ਉੱਠਿਆ ਤਾਂ ਦੇਖਿਆ ਤਕਰੀਬਨ ਹੁਣ 3:30 ਦਾ ਟਾਈਮ ਹੋ ਚੁੱਕਿਆ, 3:45 ਤੱਕ ਬੱਚੇ ਖੇਡਦੇ ਆ। ਮੈਂ ਦੇਖੋ ਇੱਧਰ ਪਰਨੀਤ, ਹਾਂ ਖੇਡੋ ਖੇਡੋ ਖੇਡੋ, ਅਤੇ ਨਿੱਕੀ ਨਿੱਕੀ ਕਣੀ ਵੀ ਡਿੱਗਣ ਲੱਗ ਗਈ ਆ, ਧੁੱਪ ਵੀ ਆ ਅਤੇ ਕਣੀਆਂ ਵੀ ਡਿੱਗੀ ਜਾਂਦੀਆਂ ਵਾ। ਕਰੂਗਾ ਮੌਸਮ ਖਰਾਬ ਹੈ ਨਾ, ਕਣਕਾਂ ਜਿਹੜੀਆਂ, ਚੁੱਪ ਕਰ, ਕਣਕਾਂ ਜਿਹੜੀਆਂ ਖੜੀਆਂ, ਕਿਸੇ ਨੂੰ ਪਾਣੀ ਪੂਣੀ ਲੱਗਿਆ ਅਤੇ ਉਹ ਡਿੱਗਣਗੇ ਹਵਾ ਦੇ ਵਿੱਚ, ਅਤੇ ਹਾਲੇ ਤੱਕ ਤਾਂ ਥੋੜ੍ਹੀ ਠੀਕ ਹੀ ਆ, ਮਤਲਬ ਜ਼ਿਆਦਾ ਹਵਾ ਆਉਂਦੀ ਹੈ ਤਾਂ ਫਿਰ ਇਹ ਕੰਮ ਹੋ ਸਕਦਾ ਵਾ। ਲਓ ਜੀ, ਅੱਜ ਬਣਨਗੇ ਆਲੂਆਂ ਵਾਲੇ ਪਰੌਂਠੇ, ਅਤੇ ਇੱਧਰ ਉਬਾਲੇ ਹੋਏ ਆ ਆਲੂ, ਆ ਦੇਖੋ ਇੱਧਰ ਇਹ ਕਿੱਦਾਂ ਉਬਾਲਿਆ, ਨਵੇਂ ਤਰੀਕੇ ਨਾਲ ਉਬਾਲਿਆ, ਪਹਿਲੀ ਵਾਰ ਉਬਾਲਿਆ, ਮਤਲਬ ਪਤਾ ਤਾਂ ਸੀ ਪਰ ਮੈਂ ਦੱਸਿਆ ਨਹੀਂ ਸੀ ਸਿਮਰਨ ਨੂੰ, ਅਤੇ ਇਹਨੂੰ ਪਤਾ ਨਹੀਂ ਸੀ, ਅਤੇ ਮੈਂ ਦੱਸਿਆ ਅਤੇ ਇੱਦਾਂ ਉਬਾਲਿਆ, ਵਿੱਚ ਥੱਲੇ ਪਰਾਲੀ ਪਾ ਕੇ, ਅਤੇ ਪਹਿਲਾਂ ਵਿੱਚ ਇੱਕ ਗਲਾਸ ਪਾਣੀ ਪਾ ਕੇ ਨਾ, ਅਤੇ ਪਾ ਦਿੱਤੀ ਪਰਾਲੀ, ਅਤੇ ਫਿਰ ਅੱਗ ਬਾਲਤੀ ਅਤੇ ਭਾਫ 'ਤੇ ਉਬਾਲਿਆ, ਅਤੇ ਬਹੁਤ ਵਧੀਆ, ਜਿੰਨਾ ਮਰਜ਼ੀ ਵੀ ਮੋਟਾ ਸੀ ਨਾ ਆਲੂ, ਉਹ ਵੀ ਪੂਰਾ ਵਧੀਆ ਬਣ ਗਿਆ। ਅਤੇ ਪਾਣੀ ਵਿੱਚ ਤਾਂ ਬਹੁਤ ਜ਼ਿਆਦਾ ਟਾਈਮ ਵੀ ਲੱਗਦਾ ਸੀ, ਅਤੇ ਟਾਈਮ ਵੀ ਸਿਰਫ ਅੱਧਾ ਘੰਟਾ ਲੱਗਿਆ ਹੋਊਗਾ, ਨਹੀਂ ਤਾਂ ਦੂਸਰੇ ਤੋਂ ਘੰਟਾ ਡੇਢ ਲੱਗ ਜਾਂਦਾ ਹੁੰਦਾ। ਬਸ ਖਤਮ, ਦੇਖੋ ਕਿੰਨੇ ਵਧੀਆ ਉਬਲੇ ਹੋਏ, ਅਤੇ ਮੈਂ ਹੁਣ ਲੱਗਿਆ ਛਿੱਲਣ, ਕਿਉਂਕਿ ਟਾਈਮ ਹੁੰਦਾ ਜਾਂਦਾ ਵਾ, ਫਿਰ ਸ਼ਾਮ ਤੱਕ ਸੌਖਾ ਰਹੂਗਾ। ਉੱਧਰ ਟੀ ਵੀ ਚੱਲਦਾ, ਟੀ ਵੀ ਦੇਖਦਾ ਨਾਲ ਦੀ ਨਾਲ, ਨਾਲ ਦੇ ਨਾਲ ਕਰਦੇ ਹਾਂ ਕੰਮ। ਠੀਕ ਹੈ ਜੀ, ਠੀਕ ਆ ਠੀਕ ਆ।
चकदे फटे चकदे फटे चकदे फटे हां कच कच करके खाली कच कच तो जी आप बन गया आलू वाला तंदूरी परौंठा। ये बना के देखा तंदूर विच भी किद्दां बनदे आ। बनया तां वधिया ते पर थोड़ा जिहा टाइम वध लग्गा इहदे ते दूजियां रोटियां नालों। बना के देखा भी आपां बना सकदे आ इस तरह भी। ते इस तों पहलां भी बनाईआं दो होर रोटियां बनाईआं सी परौंठे, खा के देखे बहुत वधिया स्वादिष्ट पूरे बने आ। ते इदां भी बना सकदे आ। ते उधर तुहानूं तवे ते दिखाउंदे आ बणदे आ आलू वाले परौंठे। लो जी हनेरा हो गया, नीला नीला आकाश उपर। इधर मैं तुहानूं दिखाउंदा हुण बन रहे आ आलू वाले परौंठे। आ देखो इस साइड आ बन रहे आ। उपर एक पाया होया हो गया इहदा पेस्ट ते आटा। ते परौंठा बहुत स्वाद बनता क्योंकि पूरा भर के बनाया जाता। मैं तुहानूं दिखाउंदा जदों सिमरन भरन लगी ना परौंठा उदों मैं तुहानूं दिखाऊंगा किन्ना भर के बनाया जाता। ते बहुत स्वाद लगता भला। फुल एंड फाइन भरिया गया ਦਾਬਿਆ ਉੱਪਰ। ਲਓ ਜੀ ਤੇ ਫਿਰ ਖਾਂਦੇ ਆ ਪਰੌਂਠੇ ਆਲੂ ਵਾਲੇ। ਤੇ ਅੱਜ ਦੀ ਵੀਡੀਓ ਸਾਡੀ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਤੇ ਜੋ ਚੈਨਲ 'ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ 'ਤੇ ਮਿਲਦੇ ਆ ਕਿਸੇ ਅਗਲੀ ਵੀਡੀਓ 'ਚ। ਓਕੇ ਆ ਗਏ ਆ ਪਰੌਂਠੇ ਤੇ ਖਾਂਦੇ ਆ। ਉੱਧਰ ਟੀ ਵੀ ਚੱਲਦਾ ਤੇ ਨਾਲੇ ਲੈਂਦੇ ਹਾਂ ਪਰੌਂਠਿਆਂ ਦਾ ਆਨੰਦ ਤੇ ਨਾਲੇ ਟੀ ਵੀ ਦੇਖਦੇ ਹਾਂ ਤੋਂ ਨਾ ਪਸੋ। ਓਕੇ ਬਹੁਤ ਕੂਲੇ ਕੂਲੇ ਆ, ਬਹੁਤ ਕੂਲੇ ਕੂਲੇ ਗਰਮਾ ਗਰਮ ਪੂਰੇ ਦੇਖੋ।